ਇੱਜ਼ਤ ਦੀ ਕਸਮ। ਬਾਬਾ ਬੱਚਾ ਸੀ ਨਾ ਛੋਟਾ, ਅਤੇ ਬਾਪ ਦੁਨੀਆ ਤੋਂ ਚਲਾ ਗਿਆ, ਯਤੀਮ ਹੋ ਗਿਆ, ਇੱਕੋ ਇੱਕੋ ਪੁੱਤਰ ਸੀ। ਮਾਂ ਨੇ ਨਾ ਬਾਬਾ ਜੀ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰ ਛੱਡੇ। ਜਿੰਨਾ ਤੱਕ ਬਾਪ ਜ਼ਿੰਦਾ ਸੀ ਉਹਨੇ ਤਾਂ ਨਹੀਂ ਸੀ ਕਿਸੇ ਦੇ ਭਾਂਡੇ ਧੋਣ ਦਿੱਤੇ, ਕਿਸੇ ਦੇ ਕੱਪੜੇ ਧੋਣ ਦਿੱਤੇ। ਪਰ ਜਦੋਂ ਬਾਪ ਗਿਆ ਅਤੇ ਉਹ ਫਿਰ ਯਤੀਮ ਹੋ ਗਿਆ, ਔਰਤ ਬੇਵਾ ਹੋ ਗਈ, ਉਹਨੇ ਲੋਕਾਂ ਦੇ ਕੰਮ ਕਰਨੇ। ਉਹਨੇ ਕਿਹਾ ਪੁੱਤਰ ਤੂੰ ਨਾ ਸਕੂਲ ਪੜ੍ਹਨਾ, ਮੈਂ ਤੈਨੂੰ ਪੜ੍ਹਾਉਣਾ, ਤੈਨੂੰ ਕੰਮ 'ਤੇ ਨਹੀਂ ਪੜ੍ਹਾ, ਮੈਂ ਜਿਵੇਂ ਵੀ ਪੜ੍ਹਾਵਾਂਗੀ ਮੈਂ ਤੈਨੂੰ ਪੜ੍ਹਾਵਾਂਗੀ, ਤੂੰ ਕੰਮ 'ਤੇ ਨਹੀਂ ਜਾਣਾ, ਤੂੰ ਸਕੂਲ ਪੜ੍ਹਨਾ। ਉਹਨੇ ਕਿਹਾ ਠੀਕ ਹੈ। ਬੱਚਾ ਬਾਬਾ ਜੀ ਸਕੂਲ ਜਾਣ ਲੱਗ ਪਿਆ। ਗੱਲ ਸਮਝਿਓ, ਅੱਲਾ ਸਭ ਨੂੰ ਨੇਕ ਔਲਾਦ ਅਤਾ ਫਰਮਾ, ਪੁੱਤਰ ਹੋਵੇ ਤੇ ਨੇਕ ਹੋਵੇ, ਔਲਾਦ ਹੋਵੇ ਤੇ ਰੱਬੇ ਕਾਬਾ ਦੀ ਕਸਮ ਹੈ, ਬਾਪ ਹੋਵੇ ਨਾ ਤਾਂ ਬੜੀਆਂ ਬਾਰਾਂ ਆਉਂਦੀਆਂ ਜੀ, ਕੋਈ ਚਿੜਕ ਵੀ ਨਹੀਂ ਮਾਰਦਾ ਅਤੇ ਅੱਬੇ ਨੇ ਲਾਮਾ ਲੈ ਕੇ ਆ ਜਾਣਾ। ਲੋਕਾਂ ਨੂੰ ਪਤਾ ਹੁੰਦਾ ਨਾ ਵੀ ਇਹਦਾ ਅੱਬਾ ਐਵੇਂ ਆ ਕੇ ਲਾਮਾ ਲੈ ਕੇ ਆ ਗਿਆ, ਜਿਹਨਾਂ ਦੇ ਨਾਂ ਹੁਣ ਉਹਨਾਂ ਨੂੰ ਹਰ ਬੰਦਾ ਪਿਆਉਂਦਾ, ਉਹ ਪਰਾਂ ਹੋਏ ਸਾਡੇ ਨਾਲ ਨਾ ਖੇਡੀ, ਉੱਧਰ ਹੋ ਕੇ ਬੈ, ਪਰਾਂ ਹੋ ਕੇ ਬੈ, ਉਹਨੂੰ ਪਤਾ ਇਹਦੇ ਪਿੱਛੇ ਕਿਹੜਾ ਕੋਈ ਹੈ ਵੀ। ਇਸੇ ਵਾਸਤੇ ਬਾਬਾ ਜੀ ਰੂਮੀ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁਲਾ ਅਲੈਹ ਨੇ ਕਲਮ ਉਠਾਈਏ ਤੇ ਆ ਫਰਮਾਉਂਦੇ ਨੇ, ਬਾਪ ਮਰੇ ਤੇ ਸਿਰ ਨੰਗਾ ਹੋਵੇ, ਹੱਥਾਂ ਵੀਰ ਮਰਨ ਕੰਡ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰ ਰੱਖੇ ਬੱਚਾ ਯਤੀਮ ਹੋ ਗਿਆ ਹੈ। ਕਿਸੇ ਯਤੀਮ ਨੂੰ ਪੁੱਛਿਆ ਜੇ ਪਿਓ ਕੀ ਆਉਂਦਾ ਹੈ, ਅੱਲਾ ਦੀ ਕਸਮੇ ਆਪਣੀਆਂ ਅੱਖਾਂ ਨਾਲ ਜਨਾਜ਼ੇ ਉੱਠਦੇ ਵੇਖੇ ਨੇ, ਆਪਣੀਆਂ ਕੰਨਾਂ ਨਾਲ ਐਲਾਨ ਆਉਂਦੇ ਵੇਖੇ ਨੇ, ਫਲਾਂ ਬਿਨ ਫਲਾਂ ਚਲਾ ਗਿਆ ਰੇ, ਫਲਾਂ ਬਿਨ ਫਲਾਂ ਚਲਾ ਗਿਆ ਰੇ, ਇੱਕ ਦਿਨ ਆ ਜਾਣਾ ਏ, ਇਹੋ ਮਸੀਤ ਆਉਣੀ ਏ, ਇਹੋ ਸਪੀਕਰ ਆਉਣੇ ਨੇ, ਇੱਥੇ ਖਲੋ ਕੇ ਮੌਲਵੀ ਸਾਹਿਬ ਐਲਾਨ ਕਰਦੇ ਆਉਣੇ ਨੇ, ਫਲਾਂ ਮਰ ਗਿਆ ਜੇ ਫਲਾਂ ਟਾਈਮ ਜਨਾਜ਼ਾ ਏ ਟਾਈਮ ਨਾਲ ਪਹੁੰਚ ਜਾਇਆ ਰੇ, ਅੱਲਾ ਦੀ ਕਸਮ ਏ ਬਾਬਾ ਜੁਨੇ ਸੁਣ ਜਾਇਆ ਰੇ, ਹੇ ਬੰਦੇ ਆ ਮੌਤ ਨੇ ਆ ਜਾਣਾ ਕੁਝ ਨਾਲ ਸਮਾਨ ਤੂੰ ਲੈ ਜਾ ਤੋਂ, ਹੇ ਬੰਦੇ ਆ ਮੌਤ ਨੇ ਆ ਜਾਣਾ ਕੁਝ ਨਾਲ ਸਮਾਨ ਤੂੰ ਲੈ ਜਾ ਤੋਂ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਸਮਝੋ ਮੇਰੇ ਫਿਕਰ ਨੂੰ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਯਾਰਾਂ ਬਿਲੀਆਂ ਨਾਲ ਹੋਣੇ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਐਲਾਨ ਕੀਤੇ ਨੇ ਜਵਾਨ ਪੁੱਤਰਾਂ ਦੇ ਅੱਲਾ ਦੀ ਕਸਮ ਹੈ, ਜਵਾਨ ਮੁੰਡਿਆਂ ਦੇ ਐਲਾਨ ਇਹਨਾਂ ਜ਼ੁਬਾਨਾਂ ਨਾਲ ਕੀਤੇ ਨੇ, ਇਸ ਜ਼ੁਬਾਨ ਨਾਲ ਬੜੇ ਬੜੇ ਸ਼ੀ ਜਵਾਨਾਂ ਦੇ ਜਨਾਜ਼ੇ ਪੜੇ ਨੇ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਯਾਰਾਂ ਸਜਣਾ ਵੀ ਨਾਲ ਹੋਣਾ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਹਜ਼ਰਾਤ ਫਲਾਂ ਫੋਤ ਹੋ ਗਿਆ ਰੇ, ਹਜ਼ਰਾਤ ਫਲਾਂ ਦਾ ਪੁੱਤਰ ਟੁਰ ਗਿਆ ਰੇ, ਹਜ਼ਰਾਤ ਫਲਾਂ ਦਾ ਵੀਰ ਟੁਰ ਗਿਆ ਰੇ, ਹਜ਼ਰਾਤ ਫਲਾਂ ਬੰਦਾ ਫਲਾਂ ਕੌਮ ਦਾ ਬੰਦਾ ਟੁਰ ਗਿਆ ਰੇ, ਫਲਾਂ ਦਾ ਸੱਜਣ ਟੁਰ ਗਿਆ ਰੇ, ਇਹਨਾਂ ਮਸੀਹ ਜਿਦਾਂ ਵਿੱਚ ਐਲਾਨ ਹੋਣੇ ਯਾਰਾਂ ਸਜਣਾ ਵੀ ਨਾਲ ਹੋਣਾ, ਇਹਨਾਂ ਦਫੇਣ ਤੇ ਕਰੀ ਕੇ ਆ ਜਾਣਾ, ਇਹਨਾਂ ਦਫੇਣ ਤੇ ਕਰੀ ਕੇ ਆ ਜਾਣਾ, ਤੇਰੀ ਜ਼ਿੰਦਗੀ ਮੁੱਕ ਜਾਣੀ ਬੰਦਿਆ, ਇਹਨਾਂ ਦਫੇਣ ਤੇ ਕਰੀ ਕੇ ਆ ਜਾਣਾ, ਤੇਰੀ ਜ਼ਿੰਦਗੀ ਮੁੱਕ ਤੇ ਜਾ ਬੰਦਿਆ, ਕਿਸੇ ਕਬਰ ਤੇਰੀ ਤੇ ਨਾ ਆਉਣਾ, ਕਿਸੇ ਕਬਰ ਤੇਰੀ ਤੇ ਨਾ ਆਉਣਾ, ਕੁਝ ਨਾਲ ਸਮਾਨ ਤੂੰ ਲੈ ਬੰਦਿਆ, ਕਿਸੇ ਕਬਰ ਤੇਰੀ ਤੇ ਨਾ ਆਉਣਾ, ਆਓ ਮੈਨੂੰ ਦੱਸੋ ਕਿਹੜਾ ਬੰਦਾ ਪਿਆ ਜਾਂਦਾ ਹੋਏ, ਕਿਹੜਾ ਬੰਦਾ ਦੁਆਵਾਂ ਪਿਆ ਕਰਦਾ ਹਫ਼ਤੇ 'ਚ ਇੱਕ ਦਿਨ ਜਾਂ ਹਫ਼ਤੇ 'ਚ ਦੋ ਦਿਨ, ਫਿਰ ਗੱਲਾਂ ਹਫ਼ਤਿਆਂ 'ਤੇ ਪੈ ਜਾਂਦੀਆਂ, ਫਿਰ ਗੱਲਾਂ ਸਾਲਾਂ 'ਤੇ ਪੈ ਜਾਂਦੀਆਂ, ਫਿਰ ਗੱਲਾਂ ਬਾਬਾ ਜੀ ਕਈਆਂ ਸਾਲਾਂ 'ਤੇ ਪੈ ਜਾਂਦੀਆਂ, ਤੇਰੀ ਕਬਰ 'ਤੇ ਕਿਸੇ ਨਾ ਆਉਣਾ ਏ, ਕੁਝ ਨਾਲ ਦੁਸ਼ਮਾਨ ਲੈ ਜਾ ਬੰਦਿਆ, ਇਹਨਾਂ ਗੱਲਾਂ
मैयत नो चुप तुर पैना इना गल्ला करदियां तुरी पैना किसे आखना बड़ा चंगा है किसे आखना बड़ा नमाजी है किसे आखना बड़ा गुनागार है किसे आखना बड़ा जुआ खेड़दा सी किसे आखना बड़ा बाबा जी शराब पींदा सी किसे आखना बड़िया गाना करदा सी इना चुकी के तैनो तुरी पैना हाले कल्ला कर दे तुर जाना तेरा जनाजा पड़ी के मुड़ी आना हर बंदे फेर ते जाना नहीं ईमान बेगानी दुनिया दा हर कदम संवर के चा बंदिया ईमान बेगानी दुनिया दा हर कदम संवर के चा बंदिया तेरे रिश्ते तारा रोना है तन चुके कबर दफनाना है तेरे रिश्ते तारा रोना है तन चुके कबर दफनाना है मुड़ फेरा ना किस पौना है हर कदम संभल के जा बंदिया मुड़ फेरा ना किस पौना है हर कदम संभल के जा बंदिया तेनू कफन दे के चुक लेना तेनू कफन दे के चुक लेना तेरा माल देना वंड लेना तेरा माल देना एनु सुनो यार मेहरबानी करो तेनू कफन दे के चुक लेना तेरा माल इनाने वंड लेना तेरा माल इनाने वंड लेना इत्थे पुत्रा भी मुड़िया जाना इत्थे पुत्रा भी मुड़िया जाना हर कदम संभल के जा बंदिया हर कदम संभल के जा बंदिया हर कदम संभल के जा बंदिया ना मान करी इन मालां दा ना मान करी इन मालां दा तू कल्ले कबर विच तुर जाना ना मान करी इन मालां दा ए भी मेरा है ए भी मेरा है ना मान करी इन मालां दा तू कल्ले कबर विच तुर जाना अभी है थी मिटियां पा जाना अभी है थी मिटियां पा जाना हर कदम संभल के जा बंदिया अभी है थी मिटियां पा जाना अभी है थी मिटियां पा जाना हर कदम संभल के जा बंदिया तेरी जिंदगी थोड़ी रह गई है ऐसा मुक दे फिर मुक जाने तेरी जिंदगी थोड़ी रह गई है तेरी जिंदगी थोड़ी रह गई है ऐसा फिर मुक दे मुक जाने इन रोंदियां तेनों ले जाना इन रोंदियां तेनों ले जाना एक रात भी कोई नहीं रखदा आंदे ने जिसम फुल जाना है बदबू आनी शुरू आ जानी है जरा इधरों सुन तेरे हथ आ गए अल्लाह लबोल फरमाए इन रोंदियां तेनों ले जाना इन रोंदियां मैनों ले जाना इन रोंदियां मैनों ले जाना हर कदम संभल के जा बंदिया बड़ा मान सी तेनू बड़ा मान सी तेनू ए ना दे ठोकड़ियां रख दे ना बंदिया ठोकड़ियां रख दे इनू आम गल ना समझो यार बड़ा मान सी तेनू ए ना दे बड़ा मान सी तेनू ए ना दे ठोकड़ियां भी रख दे ना बंदिया इना इंज तोड़ा फिर ला लनिया हर कदम संभल के जा बंदिया हर कदम संभल के जा बंदिया ए कपड़े तन दे ला लेंगे ए कपड़े
चीज तेरी नो बने देंगे, हर चीज तेरी नो बने देंगे, इना फेर दे नो याद करना नहीं, हर कदम संभल के जा बंदिया, फिर तो जा सामत ना आवे, फिर तू जा सामत ना आवे, हर कदम संभल के जा बंदिया, हर कदम संभल के जा बंदिया, तू गाफिल मौत बुला बैठे, तू गाफिल मौत बुला बैठे, दिल दुनिया नाल तुला बैठे, दिल दुनिया नाल तुला बैठे, तू गाफिल मौत बुला दुनिया नाल तुला बैठे, दिल दुनिया नाल तुला बैठे, इस दुनिया ना तेरे कमे होना, इस दुनिया ना तेरे कमे होना, कितनी दुनिया कदों वफा सजना, ईमान बेगानी दुनिया दा, साड़ा जिसम भी बगाना जे तो साड़ी रूह भी बगानी जे, अपनी कोई नहीं। टाइम खत्म हो गया, आखिरी बारी यार मेरे को पढ़ो मोहब्बत रात ते अल्लाह कबूल फरमा ले। की मान बेगानी चीज उते, जड़ी किसी की चीज होवे ना तो लोग आंदे ने यार उन्हें ले जानी है, आंदे ने कि नहीं आंदे, किसी को बंदे ने पैसे रखे होना यार अमानत ही तक रख लें तो बंदा उन्हें इस्तेमाल नहीं करता, भी किसी वेले भी आके वापस ले लेगा, ले सकता ना बहुत ही अमानत है, हक बनता ले सकता है, जी सा जिसम तो रूह है ना ये साड़ी नहीं जी, सुन लगो साड़ी नहीं जी, ये अमानत जे इन सामभ के रखे जे।